ਅੱਜ ਅਸੀਂ ਗੱਲ ਕਰਨ ਲੱਗੇ ਹਾਂ ਹਾਊ ਕੈਨ ਐਕਸਰਸਾਈਜ਼ ਹੈਲਪ ਯੂ ਕੰਟਰੋਲ ਪ੍ਰੀਵੈਂਟ ਔਰ ਮੈਨੇਜ ਕਰੋਨਿਕ ਡਿਜ਼ੀਜ਼। ਦੋਸਤੋ, ਕਰੋਨਿਕ ਡਿਜ਼ੀਜ਼ ਯਾਨੀ ਕਿ ਇੱਕ ਖਾਸ ਤਰ੍ਹਾਂ ਦੀ ਕੈਟੇਗਰੀ ਜਿਹੜੀ ਕਿ ਰੋਗ ਇੱਕ ਵਾਰੀ ਹੋ ਜਾਣ ਉਹ ਜਾਣ ਦਾ ਨਾਮ ਨਹੀਂ ਲੈਂਦੇ। ਉਹ ਰੋਗ ਨੇ ਖਾਸ ਤੌਰ 'ਤੇ NCDs, ਨੋਨ ਕਮਿਊਨੀਕੇਬਲ ਡਿਜ਼ੀਜ਼, ਯਾਨੀ ਕਿ ਜਿਹੜੇ ਇਨਫੈਕਸ਼ਨ ਨਾਲ ਇੱਕ ਦੂਜੇ ਤੋਂ ਨਹੀਂ ਹੁੰਦੇ ਪਰ ਜਿਹੜੇ ਕਿ ਹੁੰਦੇ ਨੇ ਖੁਦ ਆਪਣੇ ਅੰਦਰ ਅਸੀਂ ਬਣਾਉਂਦੇ ਹਾਂ ਉਹਨਾਂ ਰੋਗਾਂ ਨੂੰ। ਉਹ ਨੇ ਬਲੱਡ ਪ੍ਰੈਸ਼ਰ, ਉਹ ਨੇ ਡਾਇਬਿਟੀਜ਼, ਉਹ ਹੈ ਮੋਟਾਪਾ ਔਰ ਉਹ ਹੈ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ, ਕੈਂਸਰ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਪੂਅਰ ਲਾਈਫ ਸਟਾਈਲ ਕਰਕੇ ਹੁੰਦੀਆਂ ਨੇ ਔਰ ਇਹਦੇ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਹੈਲਥ ਟ੍ਰਿਪ ਰਾਹੀਂ ਤੁਹਾਡਾ ਧਿਆਨ ਤੁਹਾਡਾ ਇਹਨਾਂ ਬਿਮਾਰੀਆਂ ਵੱਲ ਲਿਆਉਣ ਦੀ। ਐਕਸਰਸਾਈਜ਼ ਦੋਸਤੋ, ਯਾਨੀ ਕਿ ਵਰਜਿਸ਼, ਵਿਆਮ, ਇਹ ਅਗਰ ਰੈਗੂਲਰਲੀ ਤੁਸੀਂ ਕਰਦੇ ਹੋ ਤਾਂ ਇਹਦੇ ਨਾਲ ਸਾਡੇ ਮਸਲਸ ਜਿਹੜੇ ਨੇ ਉਹ ਮਸਲ ਸਟਰੈਂਥ ਬੂਸਟ ਹੁੰਦੀ ਹੈ ਕਿਉਂਕਿ ਜਦੋਂ ਵੀ ਅਸੀਂ ਐਕਸਰਸਾਈਜ਼ ਕਰਦੇ ਹਾਂ ਸਾਡੇ ਮਸਲਸ ਬ੍ਰੇਕਡਾਊਨ ਹੁੰਦੇ ਨੇ ਔਰ ਸਰੀਰ ਦੀ ਇਹ ਨੇਚਰ ਹੈ ਕਿ ਜਿੱਥੇ ਵੀ ਕੋਈ ਡਿਸਟਰਕਸ਼ਨ ਜਾਂ ਜਿੱਥੇ ਵੀ ਕੋਈ ਡੈਮੇਜ ਹੋਈ ਹੈ ਉਹਨੂੰ ਉਹਨੇ ਰਿਪੇਅਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਲੇਕਿਨ ਉਹ ਰਿਪੇਅਰ ਦੇ ਵਿੱਚ ਅਗਰ ਉਹ ਰਿਪੇਅਰ ਜਦੋਂ ਕਰਦਾ ਹੈ ਸਰੀਰ, ਅਗਰ ਅਸੀਂ ਉਹਨੂੰ ਰਾਈਟ ਟਾਈਪ ਆਫ ਡਾਇਟ ਐਂਡ ਨਿਊਟ੍ਰੀਸ਼ਨ ਦੀ ਸਪਲਾਈ ਉਹਦੇ ਜਾਰੀ ਰੱਖੀਏ ਤਾਂ ਉਹ ਜਿਹੜੀ ਸਟਰੈਂਥ ਹੈ ਉਹ ਵੱਧਦੀ ਹੈ, ਮਸਲ ਬੈਟਰ ਬਿਲਡ ਹੁੰਦਾ ਹੈ ਔਰ ਜਿਹਦੇ ਕਰਕੇ ਕਿ ਅਸੀਂ ਸਾਡਾ ਮੈਟਾਬੋਲਿਕ ਰੇਟ ਜਿਹੜਾ ਹੈ, ਸਾਡੀ ਐਨਰਜੀ ਦੀ ਰਿਕੁਆਇਰਮੈਂਟ ਜਿਹੜੀ ਹੈ ਉਹ ਵਧੇਗੀ। ਜਦੋਂ ਇਹ ਐਨਰਜੀ ਦੀ ਰਿਕੁਆਇਰਮੈਂਟ ਵੱਧਦੀ ਹੈ ਤਾਂ ਫਿਰ ਅਸੀਂ ਜ਼ਿਆਦਾ ਅੱਛਾ ਖਾਣਾ, ਰਿਚ ਖਾਣਾ, ਜ਼ਿਆਦਾ ਕੈਲਰੀਜ਼ ਵਾਲਾ ਖਾਣਾ ਅਫੋਰਡ ਕਰ ਸਕਦੇ ਹਾਂ ਵਿਦਆਊਟ ਦੀ ਰਿਸਕ ਆਫ ਗੇਨਿੰਗ ਵੇਟ। ਪ੍ਰੋਬਲਮ ਅੱਜ ਦੀ ਸਮੱਸਿਆ ਇਹ ਹੈ NCDs ਜਿਹੜੇ ਨੇ, ਨੋਨ ਕਮਿਊਨੀਕੇਬਲ ਡਿਜ਼ੀਜ਼, ਉਹ ਨੇ ਐਨਰਜੀ ਇਮਬੈਲੈਂਸ ਕਰਕੇ ਜਾਂ ਪੋਜ਼ਿਟਿਵ ਐਨਰਜੀ ਬੈਲੈਂਸ ਕਰਕੇ, ਜਿਹਦਾ ਮਤਲਬ ਹੈ ਕਿ ਜ਼ਰੂਰਤ ਘੱਟ ਹੈ ਖਾਣੇ ਦੀ, ਖਾਇਆ ਜ਼ਿਆਦਾ ਜਾ ਰਿਹਾ ਹੈ, ਜਿੰਨਾ ਫਾਲਤੂ ਖਾਣਾ ਹੈ ਉਹ ਬਣਾ ਰਿਹਾ ਹੈ ਚਰਬੀ ਜਿਹੜੀ ਜਮ੍ਹਾਂ ਹੁੰਦੀ ਹੈ ਬੈਲੀ ਦੇ ਵਿੱਚ ਯਾਨੀ ਕਿ ਪੇਟ ਦੇ ਆਸ ਪਾਸ। ਜਿੰਨਾ ਬੈਲੀ ਫੈਟ ਹੋਏਗਾ ਉਨੀ ਸਾਡੀ ਜਿਹੜੀ ਹੈ ਉਹ ਇਨਸੁਲਿਨ ਰੈਜ਼ਿਸਟੈਂਸ ਦੀ ਟੈਂਡੈਂਸੀ ਵਧੇਗੀ। ਇਨਸੁਲਿਨ ਰੈਜ਼ਿਸਟੈਂਸ ਜਿਹੜੀ ਇੱਕ ਫਿਨੋਮੇਨਾ ਹੈ ਬਾਡੀ ਦੇ ਵਿੱਚ ਜਿਹੜਾ ਕਿ ਡਾਇਬਿਟੀਜ਼ ਪੈਦਾ ਕਰਦਾ ਹੈ। ਡਾਇਬਿਟੀਜ਼ ਜਦੋਂ ਹੁੰਦੀ ਹੈ ਸਾਡੇ ਸਰੀਰ ਦੇ ਵਿੱਚ ਤਾਂ ਫਿਰ ਸਾਨੂੰ ਮੈਟਾਬੋਲਿਕ ਸਲੋਡਾਊਨ ਹੁੰਦਾ ਹੈ। ਕਾਰਬੋਹਾਈਡਰੇਟ ਯਾਨੀ ਕਿ ਗੇਹੂੰ, ਚਾਵਲ, ਚੀਨੀ ਵਾਲੀਆਂ ਚੀਜ਼ਾਂ ਜਿੰਨੀਆਂ ਵੀ ਹੈ ਉਹਨਾਂ ਨੂੰ ਡਾਈਜੈਸਟ ਕਰਨ ਦੀ ਕਪੈਸਿਟੀ ਸਾਡੀ ਸਲੋ ਡਾਊਨ ਹੋ ਜਾਂਦੀ ਹੈ ਔਰ ਘੱਟ ਜਾਂਦੀ ਹੈ। ਸੋ ਡਾਇਬਿਟੀਜ਼ ਤੋਂ ਬਚਣ ਦੇ ਲਈ ਕਰੋ ਰੈਗੂਲਰ ਐਕਸਰਸਾਈਜ਼। ਹਾਈ ਬਲੱਡ ਪ੍ਰੈਸ਼ਰ ਤੋਂ ਬਚਣ ਦੇ ਲਈ ਕਰਨੀ ਪਏਗੀ ਤੁਹਾਨੂੰ ਰੈਗੂਲਰ ਐਕਸਰਸਾਈਜ਼ ਕਿਉਂਕਿ ਰੈਗੂਲਰ ਐਕਸਰਸਾਈਜ਼ ਨਾਲ ਤੁਹਾਡਾ ਵਜ਼ਨ ਜਿਹੜਾ ਹੈ ਉਹ ਕੰਟਰੋਲ ਰਹਿੰਦਾ ਹੈ ਔਰ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਵੀ ਕੰਟਰੋਲ ਰਹਿੰਦਾ ਹੈ। ਹਾਰਟ ਡਿਜ਼ੀਜ਼ ਤੋਂ ਵੀ ਬਚਣ ਲਈ ਤੁਹਾਨੂੰ ਰੈਗੂਲਰ ਐਕਸਰਸਾਈਜ਼ ਕਰਨੀ ਜ਼ਰੂਰੀ ਹੈ ਜਿਹਦੇ ਵਿੱਚ 30 to 40 minutes ਪਰ ਡੇ ਐਟਲੀਸਟ ਫੋਰ 5 days ਇਨ ਅ ਵੀਕ, ਇੱਕ ਹਫ਼ਤੇ ਦੇ ਵਿੱਚ ਐਟਲੀਸਟ 5 ਦਿਨ 30 to 40 minutes ਤੁਹਾਨੂੰ ਕੋਈ ਵੀ ਅੱਛੀ ਐਕਸਰਸਾਈਜ਼ ਰੈਗੂਲਰਲੀ ਕਰਨੀ ਚਾਹੀਦੀ ਹੈ।